ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮਿੰਦਰ ਕੌਰ ਪਹਿਲੇ ਪੇਸ਼ ਨੇ ਚੁੰਨੀਆਂ ਖਬਰਾਂ weightlifter ਚੰਤਸ਼ੀਵਲੀ ਨੇ ਰਾਸ਼ਟ ਮੰਡਲ ਕੇਡਨਾ ਚ ਰਿਕਾਰਡ 313 ਕਿਲੋਗ੍ਰਾਮ ਪਾਰ ਚੁੱਕ ਕੇ ਪਰ ਦੀ ਚੋਲੀ 'ਚ ਤੀਜਾ ਸੋਨ ਤਮਗਾ ਪਾਇਆ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਵਧਾਈਆਂ ਲੋਕ ਸਭਾ 'ਚ ਅੱਜ ਮਹਿੰਗਾਈ ਦੇ ਮੁੱਦੇ ਤੇ ਚਰਚਾ ਹੋਣ ਦੀ ਸੰਭਾਵਨਾ ਦੂਸਰ ਸਦਨ ਚ ਕਈ ਹੋਰ ਅਹਿਮ ਬਿੱਲ ਇਸ ਚਰਚਾ ਤੋਂ ਪਹਿਲਾਂ ਪੇਸ਼ ਕੀਤੇ ਜਾ ਸਕਦੇ ਨੇ ਕੇਂਦਰ ਨੇ ਭਾਰਤ ਵਿੱਚ ਮੰਕੀ ਪੋਕਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਇੱਕ ਟਾਸਕ ਫੋਰਸ ਦਾ ਕੀਤਾ ਗਠਨ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਮੁੱਖ ਮੰਤਰੀ ਬਲੋਂ ਬੀਐਸਐਫ ਨੂੰ ਚੌਕਸੀ ਵਧਾਉਣ ਦੀ ਅਪੀਲ ਰੱਖਿਆ ਖੇਤਰ ਵਿੱਚ ਵਿਏਟਨਾਮ ਭਾਰਤ ਦਵੱਲੀ ਜੰਗੀ ਮਸ਼ਕ X1BXS 22 ਦਾ ਤੀਜਾ ਸੰਸਕਰਨ ਅੱਜ ਤੋਂ ਚੰਡੀ ਮੰਦਰ ਵਿੱਚ ਸ਼ੁਰੂ ਹੋ ਰਿਹਾ ਹੈ ਤੇ ਹੁਣ ਖਬਰਾਂ ਵਿਸਥਾਰ ਨਾਲ ਬਰਮਿੰਗਮ ਚ ਚੇਡੀਆਂ ਚਾਰੀਆਂ ਰਾਸ਼ਟ ਮੰਡਲ ਖੇਡਾਂ 2022 ਚ ਭਾਰਤੀ weightlifters ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ 75 ਕਿਲੋਗ੍ਰam ਭਾਰ ਚ weightlifter ਜਨਤਾ ਸ਼ਿਓਲੀ ਨੇ ਆਪਣੇ ਮੁਕਾਬਲੇ ਦੌਰਾਨ ਸੋਨ ਤਮਗਾ ਜਿੱਤਿਆ 20 ਸਾਲ ਦੇ ਖਿਡਾਰੀ ਨੇ snatch ਵਿੱਚ 143 ਕਿਲੋ ਅਤੇ clean and jerk ਵਿੱਚ 170 ਕਿਲੋ ਸਮੇਤ ਕੁੱਲ 313 ਕਿਲੋਗ੍ਰam ਪਾਰ ਚੁੱਕ ਕੇ ਨਵਾਂ ਮੀਟ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤੇ ਇਨਾਂ ਖੇਡਾਂ ਚ weight weightlifters ਦਾ ਪ੍ਰਦਰਸ਼ਨ ਹੁਣ ਤੱਕ ਸਭ ਉੱਵਦਿਆ ਰਿਹਾ ਇਸ ਵਾਰ ਦੇ ਪਹਿਲੇ 6 ਮੈਡਲ weightlifterਾਂ ਨੇ ਹੀ ਜਿੱਤੇ ਨੇ ਜਿੰਨਾ ਤੱਕ ਸੋਨੇ ਦੇ 2 ਚਾਂਦੀ ਦੇ ਤੇ ਕਾਂਸੇ ਦਾ ਤਮਗਾ ਸ਼ਾਮਿਲ ਹੈ ਸੋਨ ਤਮਗਾ ਜਿੱਤਨ ਵਾਲੇ ਮੀਰਾਬਾਈ ਜਾਨੂ ਅਤੇ ਜਰਮੀ ਲਾਲਰੀ ਨੁੰਗਾ चांदी ਦੇ ਤਮਗੇ ਜਿੱਤਨ ਮਾਲਜ ਬਿੰਦਿਆ ਰਾਣੀ ਦੇਵੀ ਅਤੇ ਸੰਕੇਤ ਸਰਗਰ ਸ਼ਾਮਿਲ ਨੇ ਜਦ ਕੀ ਗੁਰੂ ਰਾਜਾ ਪੁਜਾਰੀ ਨੇ ਕਾਂਸੇ ਦਾ ਤਮਗਾ ਜਿੱਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਜੰਤਾ ਸ਼ਿਓਲੀ ਨੂੰ ਸੋਨ ਤਮਗਾ ਜਿੱਤਨ ਤੇ ਵਧਾਈ ਦਿੱਤੀ ਹੈ ਇੱਕ ਟਵੀਟ ਚ ਰਾਸ਼ਟਰਪਤੀ ਨੇ ਕਿਹਾ ਕਿ ਅਜੰਤਾ ਸ਼ਿਓਲੀ ਨੇ ਰਾਸ਼ਟ ਮੰਡਲ ਖੇਡਾਂ ਸੋਨ ਤਮਗਾ ਜਿੱਤ ਕੇ ਤਿਰੰਗੇ ਨੂੰ ਹੋਰ ਉੱਚਾ ਕਰਦੇ ਹੋਏ ਭਾਰਤ ਦਾ ਮਾਣ ਵਧਾਇਆ ਹੈ ਰਾਸ਼ਟਰਪਤੀ ਨੇ ਅਜੰਤਾ ਨੂੰ ਚੈਂਪੀਅਨ ਦੱਸਦਿਆਂ ਕਿਹਾ ਕਿ ਉਸਨੇ ਇਤਿਹਾਸ ਰਚਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੰਤਾ ਜਨਤਾ ਸ਼ੇਵਲੀ ਨੂੰ 골ਡ ਮੈਡਲ ਜਿੱਤਣ ਤੇ ਵਧਾਈ ਦਿੱਤੀ ਹੈ ਇੱਕ ਟਵੀਟ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪ੍ਰਤਿਭਾਸ਼ਾਲੀ ਅਚਨਤਾ ਸ਼ੇਵਲੀ ਨੇ ਰਾਸ਼ਟਰ ਮੰਡਲ ਖੇਡਾਂ 'ਚ 골ਡ ਮੈਡਲ ਜਿੱਤੇ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਚਨਤਾ ਆਪਣੇ ਸ਼ਾਂਤ ਸੁਭਾਅ ਤੇ ਦ੍ਰਿੜਤਾ ਲਈ ਜਾਣਿਆ ਜਾਂਦਾ ਹੈ ਅਤੇ ਉਸ ਨੇ ਇਸ ਵਿਸ਼ੇਸ਼ ਪ੍ਰਾਪਤੀ ਲਈ ਬਹੁਤ ਮਿਹਨਤ ਕੀਤੀ ਹੈ ਪ੍ਰਧਾਨ ਮੰਤਰੀ ਨੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਇੱਕ ਵੀਡੀਓ ਸਾਂਝਾ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਦਲ ਦੇ ਰਾਸ਼ਟਰ ਮੰਡਲ ਖੇਡਾਂ ਲਈ ਰਵਾਨਾ ਹੁਣ ਤੋਂ ਪਹਿਲਾਂ ਉਹਨਾਂ ਦੀ ਚਿੰਤਾ ਸ਼ਿਉਲੀ ਨਾਲ ਗੱਲਬਾਤ ਕੀਤੀ ਸੀ ਇਸ ਦੌਰਾਨ ਚਿੰਤਾ ਸ਼ਿਉਲੀ ਨੇ ਉਸ ਦੀ ਮਾਂ ਅਤੇ ਭਰਾ ਵੱਲੋਂ ਮਿਲ ਰਹੇ ਸਮਰਥਨ ਤੇ ਚਰਚਾ ਕੀਤੀ ਸੀ ਲੋਕ ਸਭਾ ਚ ਅੱਜ ਮਹਿੰਗਾਈ ਤੇ ਮੁੱਦੇ ਤੇ ਚਰਚਾ ਹੋਣ ਦੀ ਸੰਭਾਵਨਾ ਹੈ ਸਰਕਾਰ ਤੇ ਵਿਰੋਧੀ ਧਿਰ ਦਰਮਿਆਨੀ ਸਬੰਧੀ ਸਿਧਾਂਤਕ ਸਹਿਮਤੀ ਬਣੀ ਹੈ ਕੇਂਦਰੀ ਖਜ਼ਾਨਾ ਮੰਤਰੀ ਨਰਮਲਾ ਸੀਤਾਰਮਨ ਵੈਸ ਤੇ ਜਵਾਬ ਦੇਣਗੇ ਰਾਸਬਜ ਮਹਿੰਗਾਈ ਦੇ ਮੁੱਦੇ ਤੇ ਪਲਕੇ ਚਰਚਾ ਹੋਣ ਦੀ ਸੰਭਾਵਨਾ ਹੈ ਵਿਰੋਧੀ ਧਿਰ ਸਦਨ ਵਿੱਚ ਜਿੱਥੇ ਸਰਕਾਰ ਨੂੰ ਕੇਰਨ ਦੀ ਪੂਰੀ ਤਿਆਰੀ ਵਿੱਚ ਉਥੇ ਸੱਤਾ ਧਿਰ ਵੀ ਤਿਆਰ ਹੈ ਮੌਨਸੂਨੀ اجلاس ਦੌਰਾਨ ਤੋਂ ਹਫ਼ਤਿਆਂ ਜੁਣ ਤੱਕ ਲੋਕ ਸਭਾ ਨੇ ਸਿਰਫ 16 ਘੰਟੇ ਤੇ ਰਾਸਬਨੇ 11 ਘੰਟੇ ਕੰਮ ਕੀਤਾ ਹੈ ਹਾਲਾਂਕਿ ਸਦਨ ਵਿੱਚ ਰੋਜ਼ਾਨਾ 6 ਘੰਟੇ ਕੰਮ ਕਰਨ ਲਈ ਤੈਅ ਕੀਤੇ ਗਏ ਨੇ ਮੌਨਸੂਨੀ ਜਲਾਸ ਦੌਰਾਨ ਹੰਗਾਮਾ ਕਰਨ ਤੇ ਜਲਾਸ ਵਿੱਚ ਰੁਕਾਵਟ ਪਾਉਣ ਤੇ 4 ਲੋਕ ਸਭਾ ਮੈਂਬਰਾਂ ਤੇ 23 ਰਾਜ ਸਭਾ ਮੈਂਬਰਾਂ ਨੂੰ ਮੁਅਤਲ ਕੀਤਾ ਗਿਆ ਸੀ ਉਧਰ ਹੰਗਾਮੇ ਦੌਰਾਨ ਸਰਕਾਰ ਨੇ ਡੋਪਿੰਗ ਰੋਕੂ ਬਿੱਲ ਤੇ ਫੈਮਿਲੀ ਕੋਰਟਸ ਬੰਦੀ ਬਿੱਲ ਨੂੰ ਲੋਕ ਸਭਾ ਚ ਮਨਜ਼ੂਰੀ ਦੇ ਦਿੱਤੀ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਕਰਵਾਈ ਜਾਰੀ ਹਰ ਕਰ ਤਿਰੰਗਾ ਮੁਹਿੰਮ ਬਾਰੇ ਦੇਸ਼ ਵਾਸੀਆਂ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ 13 ਤੋਂ 15 ਅਗਸਤ ਤੱਕ ਮਨਾਈ ਜਾਣ ਵਾਲੀ ਇਸ ਲਹਿਰ ਦਾ ਹਿੱਸਾ ਬਨਨ, ਤਿਰੰਗਾ ਲਹਿਰਾਉਣ ਅਤੇ ਇਸ ਦੌਰਾਨ ਆਪਣੇ ਘਰਾਂ ਨੂੰ ਸਜਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਰੰਗਾ ਲੋਕਾਂ ਨੂੰ ਦੇਸ਼ ਲਈ ਕੁਝ ਕਰਨ ਲਈ ਜੋੜਦਾ ਤੇ ਪ੍ਰੇਰਿਤ ਕਰਦਾ ਹੈ। ਉਹਨਾਂ ਨੇ ਇਹ ਵੀ ਸੁਝਾ ਦਿੱਤਾ ਕਿ ਲੋਕ 2 ਅਗਸਤ ਤੋਂ 15 ਅਗਸਤ ਤੱਕ ਤਿਰੰਗੇ ਦੀ ਵਰਤੋਂ ਸੋਸ਼ਲ ਮੀਡੀਆ ਪ੍ਰੋਫਾਈਲ ਫੋਟੋ ਵਜੋਂ ਕਰ ਸਕਦੇ ਨੇ ਉਹਨਾਂ ਕਿਹਾ ਕਿ 2 ਅਗਸਤ ਦਾ ਭਾਰਤੀ ਚੰਡੇ ਨਾਲ ਵਿਸ਼ੇਸ ਸੰਬੰਧ ਹੈ ਇਸ ਦਿਨ ਪ੍ਰਿੰਗਲੀ ਬੈਂਕਿਆ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਕੌਮੀ ਚੰਡੇ ਨੂੰ ਡਿਜ਼ਾਈਨ ਕੀਤਾ ਸੀ ਉਹਨਾਂ ਮਹਾਨ ਕ੍ਰਾਂਤੀਕਾਰੀ ਬੀਕਾਜੀ ਕਾਮਾ ਨੂੰ ਵੀ ਯਾਦ ਕੀਤਾ ਜਿਨ੍ਹਾਂ ਦੀ ਤਿਰੰਗੇ ਨੂੰ ਮੌਜੂਦਾ ਸਰੂਪ ਦੇਣ ਵਿੱਚ ਬਹੁਤ ਅਹਿਮ ਭੂਮਿਕਾ ਰਹੀ ਹੈ ਇਸ ਵਾਰ ਦਾ ਸੁਤੰਤਰਤਾ ਦਿਵਸ ਜਦ ਭਾਰਤ ਆਪਣੀ ਆਜ਼ਾਦੀ ਕੇ 75 ਸਾਲ ਪੂਰੇ ਕਰੇਗਾ हम सभी बहुत अद्भुत और ऐतिहासिक पल के गवाह बनने जा रहे हैं ईश्वर ने यह हमें बहुत बड़ा सौभाग्य दिया है आप भी सोचिए अगर हम गुलामी के दौर में पैदा हुए होते तो इस दिन की कल्पना हमारे लिए कैसी होती ਪਰਧਾਨ ਮੰਤਰੀ ਨੇ ਕਿਹਾ ਕਿ ਅਜ਼ਾਦੀ ਦਾ ਅਮਨਤ ਮਹੌਤਸਬ ਦਾ ਸਭ ਤੋਂ ਵੱਡਾ ਸੁਨੇਹਾ ਇਹ ਹੈ ਕਿ ਹਰ ਕਿਸੇ ਨੂੰ ਆਪਣੀ ਡਿਊਟੀ ਪੂਰੀ ਨਿਸ਼ਠਾ ਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਗਲੇ 25 ਸਾਲਾਂ ਦਾ ਅਮਰਤ ਕਾਲ ਵੀ ਕਰਤੱਵ ਕਾਲ ਹੈ ਜਿਹੜਾ ਹਰ ਦੇਸ਼ਵਾਸੀ ਲਈ ਆਪਣੇ ਫਰਜ਼ ਨੂੰ ਫਕਰ ਨਾਲ ਨਿਭਾਉਣ ਦਾ ਸੱਦਾ ਦਿੰਦਾ ਹੈ। ਕੇਂਦਰ ਨੇ ਭਾਰਤ ਵਿੱਚ ਮੰਕੀ ਪੌਕਸ ਦੇ ਮਾਮਲਿਆਂ ਦੇ ਮੱਦੇਨਜ਼ਰ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ ਤਾਂ ਜੋ ਉਦੇਸ਼ਪਿਤ ਜਾਂਚ ਸੂਲਤਾਂ ਦੇ ਵਿਸਤਾਰ ਅਤੇ ਟੀਕਾ ਕਰਨ ਦੀ ਖੋਜ ਕਰਨ ਲਈ ਸਰਕਾਰ ਨੂੰ ਨਿਗਰਾਨੀ ਅਤੇ ਮਾਰਗਦਰਸ਼ਨ ਮਿਲ ਸਕੇ ਇਹ ਫੈਸਲਾ ਇੱਕ ਮੀਟਿੰਗ ਦੌਰਾਨ ਲਿਆ ਗਿਆ ਜਿਸ ਤੇ ਕੈਬਨਟ ਸਕੱਤਰ ਕੇਂਦਰੀ ਸੇਜ ਸਕੱਤਰ ਰਾਜੀਸ਼ ਪੂਸ਼ਨ ਵਧੀਕ ਸਕੱਤਰ ਪੀਐਮਓ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਰਹੇ ਭਾਰਤ ਵਿੱਚ ਹੁਣ ਤੱਕ ਮੰਕੀ ਪੌਕਸ ਦੇ 4 ਕੇਸ ਸਾਹਮਣੇ ਆਏ ਨੇ ਜਿਨ੍ਹਾਂ ਵਿੱਚੋਂ 3 ਕੇਸ ਕੇਰਲ ਅਤੇ 1 ਦਿੱਲੀ ਨਾਲ ਸੰਬੰਧਿਤ ਹੈ ਕੇਰਲ ਚ ਮੰਕੀ ਮੰਕੀ ਪੌਕਸ ਵਰਗੇ ਲੱਛਣਾਵਲੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਰਾਜ ਦੀ ਸਿਹਤ ਮੰਤਰੀ ਵੀਨਾ ਜੋਰਜ ਨੇ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਹਫ਼ਤਾ ਪਹਿਲਾਂ WHO ਨੇ ਵਾਇਰਲ ਜ਼ੂਨੋਟਿਕ ਬਿਮਾਰੀ ਨੂੰ ਇੱਕ ਗਲੋਬਲ ਐਮਰਜੈਂਸੀ ਐਲਾਨਿਆ ਸੀ ਚੇਚਕ ਦੇ ਇਲਾਜ ਲਈ ਵਿਕਸਿਤ ਇੱਕ ਐਂਟੀ-ਵਾਇਰਲ ਏਜੰਟ ਨੂੰ ਮੰਕੀ ਪੌਕਸ ਦੇ ਇਲਾਜ ਲਈ ਵੀ ਲਾਇਸੈਂਸ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਐਸਐਫ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਨਾਲ ਮੁਲਾਕਾਤ ਦੌਰਾਨ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੂੰ ਠੱਲ ਪਾਉਣ ਲਈ ਸੂਬੇ ਦੀਆਂ ਸਰਹੱਦਾਂ ਉੱਤੇ ਚੌਕਸੀ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਕੰਡਿਆਲੀ ਤਾਰ ਪਰੋਂ ਹੁੰਦੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਮੱਦੇਨਜ਼ਰ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਅਣਗਿਣਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤਸਕਰੀ ਨਾਲ ਕਰੜੇ ਹੱਥੀ ਸੱਜਣ ਦੀ ਲੋੜ ਹੈ ਕਿਉਂ ਜੋ ਇਹ ਦੇਸ਼ ਦੀ ਏਕਤਾ, ਅਖੰਡਤਾ, ਸੁਰੱਖਿਆ ਤੇ ਪ੍ਰਭੂ ਇਹ ਤਲੀ ਵੱਡਾ ਖਤਰਾ ਖੜਾ ਕਰ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੋਧ ਬਾਰੀਕ ਬੀਨੀਨਲ ਵਿਉਂਤੀ ਕੋਈ ਵੀ ਨੀਤੀ ਨਸ਼ਿਆਂ ਤੇ ਜ਼ਹਿਰ ਤੋਂ ਦੇਸ਼ ਨੂੰ ਬਚਾਉਣ ਲਈ ਇੱਕ ਵੱਡੇ ਬੈਰੀਅਰ ਵਜੋਂ ਕੰਮ ਕਰ ਸਕਦੀ ਹੈ ਨਾ ਕਿ ਆ ਕਿ ਨਾਰਕੋ ਗੈਂਗਸਟਰਾਂ ਤਵਾਦ ਦੇ ਗੱਡ ਜੋੜ ਦੀ ਰੀੜ ਦੀ ਹੱਡੀ ਤੋੜਨ ਦੀ ਲੋੜ ਹੈ ਕਿਉਂਕਿ ਇਹ ਸੂਬੇ ਦੀ ਸਖਤ ਕਾਨੂੰਨਾਂ ਨਾਲ ਹਾਸਲ ਕੀਤੀ ਸ਼ਾਂਤੀ ਨੂੰ ਤੈਸ ਨੈਸ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਸਰਹੱਦ ਪਾਰ ਲਿਆਤ ਬਾਤੇ ਤਸਕਰੀਨ ਨਾਲ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਸੱਜਣ ਲਈ ਬੀਐਸਐਫ ਤੇ ਪੰਜਾਬ ਪੁਲਿਸ ਨੂੰ ਆਧੁਨਿਕ ਹਥਿਆਰਾਂ ਤੇ ਸਾਜ਼ੋ ਸਮਾਨ ਨਾਲ ਲੈਸ ਕਰਨ ਦੀ ਲੋੜ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਪਹਿਲਾਂ ਹੀ ਇਹ ਮਸਲਾ ਕੇਂਦਰ ਸਰਕਾਰ ਕੋਲ ਉਠਾਇਆ ਸੀ ਰੱਖਿਆ ਖੇਤਰ ਵਿੱਚ ਵੀਅਤਨਾਮ ਪਰ ਦਵੱਲੀ ਜੰਗੀ ਮਸ਼ਕ ਐਕਸ ਵਿਨਬੈਕਸ 22 ਦਾ ਤੀਜਾ ਸੰਸਕਰਨ ਅੱਜ ਤੋਂ ਚੰਡੀ ਮੰਦਰ ਵਿਖੇ ਸ਼ੁਰੂ ਹੋ ਰਿਹਾ ਹੈ ਇਹ 20 ਅਗਸਤ ਤੱਕ ਜਾਰੀ ਰਹੇਗਾ ਇਹ ਜੰਗੀ ਮਸ਼ਕ 2019 ਚ ਵੀਅਤਨਾਮ ਚ ਕਰਵਾਏ ਗੇ ਦਵੱਲੇ ਪਹਿਲੇ ਅਭਿਆਸੀ ਅਗਲੀ ਕੜੀ ਹੈ ਇਹ ਉਪਰਾਲਾ ਭਾਰਤ ਤੇ ਵੀਅਤਨਾਮ ਦਰਮਿਆਨ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਚ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ ਭਾਰਤ ਤੇ ਵੀਅਤਨਾਮ ਵਿਚਾਲੇ ਵਿਆਪਕ ਰਣਨੀਤਿਕ ਪਾਈਚਾਰਕ ਸਾਂਝ ਹੈ ਤੇ ਰੱਖਿਆ ਸਹਿਯੋਗੇ ਸਾਂਝੇਦਾਰੀ ਦਾ ਮੁੱਖ ਥੰਮ ਹੈ ਵੀਅਤਨਾਮ ਪਰ ਦੀ ਏਕ ਟੂ ਈਸਟ ਨੀਤੀ ਅਤੇ ਇੰਡੋ ਪੈਸੀਫਿਕ ਵਿਜ਼ਨ ਚ ਇੱਕ ਅਹਿਮ ਪਾਈਪਲ ਹੈ ਐਕਸ ਬਨਬੈਕਸ ਵੀ ਸੋਬਾਈ ਦਾ ਵਿਸ਼ੇਸ਼ ਸ਼ਾਂਤੀ ਰੱਖਿਆ ਕਾਰਜਾਂ ਲਈ ਸੰਯੁਕਤ ਰਾਸ਼ਟਰ ਦਲ ਦੇ ਹਿੱਸੇ ਵਜੋਂ ਇੱਕ ਇੰਜੀਨੀਅਰ ਕੰਪਨੀ ਅਤੇ ਇੱਕ ਮੈਡੀਕਲ ਟੀਮ ਵਿਚਾਲੇ ਤਾਲਮੇਲ ਅਤੇ ਮੁਸ਼ਕਲ ਕੜੀ ਚ ਤਹਿਨਾਤੀ ਹੈ ਭਾਰਤਕੁੱਲ ਸੰਯੁਕਤ ਰਾਸ਼ਟਰ ਦੇ ਮਿਸ਼ਨਾਂ ਚ ਫੌਜੀਆਂ ਦੀ ਤੈਨਾਤੀ ਅਤੇ ਸਿਖਲਾਈ ਦੀ ਕਮੀਰ ਵਿਰਾਸਤ ਹੈ ਭਾਰਤਕੁੱਲ ਸੰਯੁਕਤ ਰਾਸ਼ਟਰ ਸ਼ਾਂਤੀ ਕਾਰਜਾਂ ਦੀ ਸਿਖਲਾਈ ਦੇ ਲਈ ਕਈ ਵਧੀਆ ਸਮਰੱਥਾਵਾਂ ਨੇ 5 ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ T20 ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਲੜੀ ਦੇ ਦੂਜੇ ਮੈਚ ਵਿੱਚ ਦਬ ਦਬਾ ਕਾਇਮ ਰੱਖਣ ਦੀ ਸੋਚ ਨਾਲ ਮੈਦਾਨ ਵਿੱਚ ਉਤਰੇਗੀ ਇਸ ਹਲਕੇਡੇ ਜਾਣ ਵਾਲੇ T20 ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਭਾਰਤੀ ਟੀਮ ਇਸ ਫਾਰਮੈਟ ਦੇ ਕਿਸੇ ਵੀ ਮੈਚ ਨੂੰ ਹਲਕੇਚ ਨਹੀਂ ਲੈ ਰਹੀ ਵੈਸਟ ਇੰਡੀਜ਼ ਖਿਲਾਫ ਪਹਿਲੇ T20 ਮੈਚ ਵਿੱਚ ਦੋਹਾਂ ਟੀਮਾਂ ਵਿਚਾਲੇ ਖੇਡ ਦੇ ਲਿਹਾਜ਼ ਨਾਲ ਵੱਡਾ ਫਰਕ ਦੇਖਣ ਨੂੰ ਮਿਲਿਆ वेस्ट इंडीज दी टीम मुकाबले च वापसी दी सोच नाल आज दे मैच दौरान अट्टी चूटी ता जोर लगाएगी। खबरों ਦੇ ਬਲਟਿਨ ਸਾਡੇ ਦਰਸ਼ਕਾਂ ਰਨਯੂ ਡੀਡੀ ਕੇ ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬਲਟਿਨ ਖਤਮ ਹੋਇਆ। ਇਜਾਜ਼ਤ ਦਿਓ। ਨਮਸਕਾਰ।